ਦਿਨ ਬ ਦਿਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਜਾ ਰਹੇ ਨੇ ਜਿਸ ਨੂੰ ਵੇਖ ਕੇ ਅਤੇ ਸੁਣ ਕੇ ਬੰਦਾ ਦੰਗ ਰਹਿ ਜਾਂਦਾ ਹੈ। ਅਜਿਹਾ ਇੱਕ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੀ ਥਾਣਾ ਸਿਟੀ ਪੁਲਿਸ ਦੇ ਵੱਲੋਂ ਦਰਜ ਕੀਤੀ ਗਈ FIR ਦੇ ਵਿੱਚ ਸਾਹਮਣੇ ਆਇਆ ਹੈ, ਜਿੱਥੇ ਆਪਣੇ ਪਤੀ ਨੂੰ ਛੱਡ ਕੇ ਪ੍ਰੇਮੀ ਦੇ ਨਾਲ ਰਹਿਣ ਵਾਲੀ ਇੱਕ ਔਰਤ ਨੇ ਆਪਣੀ ਸਗੀ ਕੁੜੀ ਦਾ ਵਿਆਹ, ਜਿਸ ਦੀ ਉਮਰ 11 ਸਾਲ ਸੀ, ਆਪਣੇ ਤੋਂ ਉਸ ਤੋਂ ਤਿੱਗਣੀ ਉਮਰ ਦੇ ਵਿਅਕਤੀ ਦੇ ਨਾਲ ਕਰਵਾ ਦਿੱਤਾ, ਜਿਸ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਦੇ ਵਿੱਚ 2 ਹਫ਼ਤੇ ਤੱਕ ਮਾਨਸਿਕ ਅਤੇ ਕੁੜੀ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਆਪਣੇ ਪਿਤਾ ਤੱਕ ਪਹੁੰਚੀ ਅਤੇ ਪੁਲਿਸ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ। ਮੇਰੀ 11 ਸਾਲ ਉਮਰ ਹੈਗੀ ਆ। ਮੇਰੀ ਮੰਮੀ ਨੇ ਵੱਡੇ ਬੰਦੇ ਨਾਲ ਮੇਰੀ ਸ਼ਾਦੀ ਕਰ ਦਿੱਤੀ। ਉਹਨਾਂ ਨੇ ਮੇਰੇ ਮਾਰੇ। ਫਿਰ ਮੇਰੀ ਮੰਮੀ ਮੈਨੂੰ ਉੱਥੋਂ ਲਿਆ ਕੇ ਮੇਰੀ ਤਾਏ ਤੂਈ ਕੋਲ ਛੱਡ ਗਈ ਸੀ। ਫਿਰ ਮੈਂ ਇੱਥੇ ਆ ਗਈ ਮੇਰੇ ਪਾਪਾ ਕੋਲ। ਵੱਧ ਦਿਨ ਹੋ ਗਏ, 15 ਦਿਨ ਹੋ ਗਏ ਸਿਰ। ਉੱਥੇ ਤੁਹਾਨੂੰ ਕਿਸੇ ਆਂਢੀ ਗੁਆਂਢੀ ਨੇ ਨਹੀਂ ਕੋਈ ਗੱਲਬਾਤ ਪੁੱਛੀ? ਨਹੀਂ। ਸਾਡੇ ਕੋਲ ਭਗਵਾਨ ਦਾਸ ਟਿੱਬੀ ਸਾਹਿਬ ਰੋਡ ਦੇ ਰਹਿਣ ਵਾਲੇ ਆ। ਇਹਨਾਂ ਨੇ 25 ਡੇਟ ਨੂੰ ਸਾਡੇ ਕੋਲ ਕੰਪਲੇਂਟ ਕਰੀ ਸੀਗੀ ਵੀ ਉਹਨਾਂ ਦੀ ਜਿਹੜੀ ਪਤਨੀ ਹੈ ਉਹ ਦੀਪਕ ਕੁਮਾਰ ਹੈਗਾ ਇੱਥੇ ਟਿੱਬੀ ਸਾਹਿਬ ਰੋਡ 'ਤੇ, ਉਹਦੇ 'ਤੇ ਗਲਤ ਤਰੀਕੇ ਜਾਂ ਨਜਾਇਜ਼ ਤਰੀਕੇ ਨਾਲ ਰਹਿ ਰਹੀ ਹੈ, ਅਤੇ ਉਸਦੀ ਆਪਣੀ ਜੋ ਨਾਬਾਲਗ ਬੇਟੀ ਹੈ ਉਹਦਾ ਦੀਪਕ ਐਂਡ ਉਸਦੀ ਪਤਨੀ ਆਸ਼ਾ ਰਾਣੀ ਨੇ ਮਿਲ ਕੇ ਅੱਗੇ ਇੱਕ ਪਵਨ ਕੁਮਾਰ ਜਿਹੜੇ ਡੱਬ ਵਾਲੀ ਦੇ ਰਹਿਣ ਵਾਲੇ ਆ, ਉਹਦਾ ਨਾਬਾਲਗ ਹੋਣ ਦੇ ਬਾਵਜੂਦ ਧੱਕੇ ਨਾਲ ਉਹਨੂੰ ਉਹਦਾ ਵਿਆਹ ਕਰ ਦਿੱਤਾ ਹੈ, ਜਿਸ ਸੰਬੰਧੀ ਸਾਡੇ ਕੋਲ ਕੰਪਲੇਂਟ ਆਈ ਸੀਗੀ। ਅਸੀਂ ਭਗਵਾਨ ਦਾਸ ਦੀ ਸਟੇਟਮੈਂਟ ਲਿਖ ਕੇ FIR ਲੌਜ ਕਰ ਚੁੱਕੇ ਹਾਂ, ਬਾਕੀ ਸਾਡੀ ਇਨਵੈਸਟੀਗੇਸ਼ਨ ਜਾਰੀ। ਸਰ, ਕੋਈ ਗ੍ਰਿਫਤਾਰੀ ਇਸ ਮਾਮਲੇ 'ਚ? ਹਾਂਜੀ, ਇਸ ਸੰਬੰਧੀ ਜਿਹੜਾ ਹੈਗਾ ਆਸ਼ਾ ਰਾਣੀ ਐਂਡ ਦੀਪਕ ਜਿਹੜਾ ਹੈਗਾ ਉਹਨਾਂ ਦੀ ਅਰੈਸਟ ਅਸੀਂ ਪਾ ਕੇ ਪੁਲਿਸ ਰਿਮਾਂਡ 'ਤੇ ਹਨ, ਬਾਕੀ ਤਫਤੀਸ਼। ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।